ਹਾਂਜੀ ਦੋਸਤੋ ਇੱਕ ਕੱਚ ਦਾ ਗਲਾਸ ਲਵੋ ਤੇ ਇਸ ਦੇ ਵਿੱਚ ਪਾਣੀ ਪਾ ਲਵ ਜਿਵੇਂ ਤੁਸੀਂ ਵੇਖ ਰਹੇ ਹੋ ਤੇ ਇਸ ਤੋਂ ਬਾਅਦ ਚ ਆਪਾਂ ਦੋ ਭਿੰਡੀਆਂ ਲੈਣੀਆਂ ਨੇ 4 ਜਾਂ 5 ਇੰਚ ਲੰਮੀਆਂ ਤੇ ਜੇ ਇਸ ਤਰ੍ਹਾਂ ਦੀਆਂ ਉਪਲਬਧ ਨਾ ਹੋਣ ਤਾਂ ਆਪਾਂ 3 ਜਾਂ 4 ਛੋਟੀਆਂ ਭਿੰਡੀਆਂ ਲੈ ਸਕਦੇ ਆ ਤੇ ਉਹਨਾਂ ਨੂੰ ਕੱਟ ਲਵੋ ਤੇ ਫਿਰ ਡੰਡੀ ਵਾਲੇ ਪਾਸੋਂ ਵੇਖੋ ਜਿਵੇਂ ਇਹ ਕੱਟੀ ਏ ਤੇ ਹੇਠੋਂ ਵੀ ਆਪਾਂ ਕੱਟ ਦਿੱਤੀ ਏ ਤੇ ਉੱਪਰੋਂ ਵੀ ਇਸੇ ਤਰ੍ਹਾਂ ਇਹ ਜਿਹੜੀ ਦੂਸਰੀਆਂ ਭਿੰਡੀਆਂ ਨੇ ਉੱਪਰੋਂ ਟੋਪੀ ਵਾਲਾ ਪਾਸਾ ਵੀ ਤੇ ਹੇਠੋਂ ਵੀ ਆਪਾਂ ਥੋੜੀ ਜੀ ਹੋਰ ਵੱਧ ਕੱਟਣੀ ਏ ਤਾਂ ਕਿ ਚੜਾਈ ਹੋ ਜਾਵੇ ਜਿਹੜੀਆਂ ਸਾਰੇ ਅੰਦਰ ਲੀਆਂ ਜਿਹੜੀਆਂ ਇਹਦੀਆਂ ਨਾਲੀਆਂ ਨੇ ਉਹ ਦਿਸਣ ਤੇ ਕਿਉਂਕਿ ਆਪਣੇ ਕੋਲ ਛੋਟੀਆਂ ਵੱਡੀਆਂ ਪਿੰਡੀਆਂ ਨੇ ਇਸ ਵਾਸਤੇ ਆਪਾਂ ਤਿੰਨ ਦੀ ਵਰਤੋਂ ਕਰ ਰਹੇ ਆ ਤੇ ਇਹ ਜਿਹੜੀਆਂ ਪਿੰਡੀਆਂ ਨੇ ਇਹ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਲੰਬੀਆਂ ਹੀ ਲਈਆਂ ਜਾਣ ਜਿਵੇਂ ਇਹ ਵੱਡੀ ਤੁਸੀਂ ਵੇਖ ਰਹੇ ਹੋ ਤੇ ਇਸ ਨੂੰ ਜਿਹੜਾ ਆਪਾਂ ਸਿੱਧਾ ਇਸ ਤਰ੍ਹਾਂ ਪਾਣੀ 'ਚ ਨਹੀਂ ਪਾਣਾ ਪਹਿਲਾਂ ਉੱਪਰੋਂ ਦੇਖੋ ਜਿਵੇਂ ਤੁਸੀਂ ਵੇਖ ਰਹੇ ਹੋ ਜਿਹੜੀ ਛੁਰੀ ਹੈ ਜਾਂ ਕਰਦੇ ਦੂਜੇ ਪਾਸੇ ਪਾਰ ਨਹੀਂ ਜਾਣੀ ਚਾਹੀਦੀ ਪਿੰਡੀ ਦੇ ਅੱਧ ਤੱਕ ਦੀ ਲੰਬਾਈ ਵੇਖੋ ਕਿੰਨੀ ਹੈ ਤੇ ਉੱਪਰੋਂ ਅੱਧਾ ਇੰਚ ਛੱਡ ਕੇ ਤੇ ਇਸ ਨੂੰ ਵਿਚਕਾਰੋਂ ਵੇਖੋ ਥੱਲੇ ਨੂੰ ਆਪਾਂ ਕੱਟ ਲਾ ਦੇਣਾ ਹੋਰ ਹੇਠਾਂ ਤੱਕ ਇਸ ਨੂੰ ਕੱਟਨੇ ਆ ਤੇ ਇਹ ਆਪਾਂ ਹੇਠਾਂ ਤੱਕ ਅਖੀਰ ਤੱਕ ਨਹੀਂ ਲੈਣਾ ਹੇਠੋਂ ਵੀ ਥੋੜਾ ਜਿਹਾ ਭਾਗ ਛੱਡ ਦੇਣਾ ਤੇ ਉੱਪਰੋਂ ਵੀ ਇਹ ਵਿੱਚੋਂ ਆਪਾਂ ਕੱਟ ਮਾਰਿਆ ਤੇ ਇਹ ਵੇਖ ਕੇ ਦੇਖ ਰਹੇ ਹੋ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਦੇ ਵਿੱਚ ਪਾ ਦੇਣਾ ਤੇ ਇਸੇ ਤਰ੍ਹਾਂ ਜਿਹੜੀ ਇਹ ਦੂਜੀਆਂ ਨੇਗੀਆਂ ਇਹਨਾਂ ਨੂੰ ਵੀ ਆਪਾਂ ਉੱਪਰੋਂ ਥੋੜਾ ਜਿਹਾ ਹਿੱਸਾ ਛੱਡ ਕੇ ਕੱਟ ਲਾਉਣਾ ਦੂਜੇ ਪਾਸੇ ਕਰਦੇ ਜਿਹੜੀ ਉਹ ਨਹੀਂ ਲੰਗਣੀ ਚਾਹੀਦੀ ਛੁਰੀ ਜਿਹੜੀ ਹੈ ਇਹ ਛੋਟੀਆਂ ਨੇ ਪਰ ਇਹਨਾਂ ਦੀ ਥੋੜੀ ਜੀ ਸਮੱਸਿਆ ਆਉਂਦੀ ਹੈ ਕਿ ਪਾਣੀ ਦੇ ਵਿੱਚ ਜਿਹੜਾ ਉੱਪਰ ਹੀ ਤੈਰ ਜਾਂਦੀਆਂ ਨੇ ਪਰ ਆਪਾਂ ਕੋਸ਼ਿਸ਼ ਕਰਨੀ ਕਿ ਦੋ ਤਿੰਨ ਜਿਹੜੀਆਂ ਨੇ ਲੰਬੀਆਂ ਦੋ ਪਿੰਡੀਆਂ ਜਿਹੜੀਆਂ ਨੇ 4-5 ਇੰਚ ਲੰਬੀਆਂ ਜਿਹੜੀਆਂ ਨੇ ਉਹ ਲਈਆਂ ਜਾਣ ਤੇ ਹੁਣ ਆਪਾਂ ਇਹਨੂੰ ਜਿਹੜਾ ਉਹ ਲਗਭਗ ਜਿਹੜਾ ਇਹਨਾਂ ਨੂੰ ਢੱਕ ਕੇ ਸ਼ਾਮ ਨੂੰ ਆਪਾਂ ਇਸ ਨੁਸਖੇ ਨੂੰ ਕਰਨਾ ਹੈ ਤੇ ਇਹਨੂੰ ਪਾਣੀ ਚ ਪਾ ਕੇ ਆਪਾਂ ਢੱਕ ਦੇਣਾ ਹੈ ساری ਰਾਤ ਵਾਸਤੇ ਤੇ ਪਾਣੀ ਜਿਹੜਾ ਆਪਾਂ ਉਹ ਸਾਫ਼ ਲੈਣਾ ਹੈ ਤੇ ਜਿਹੜੇ ਹੱਥ ਵਗੈਰੇ ਨੇ ਉਹ ਚੰਗੀ ਤਰ੍ਹਾਂ ਆਪਾਂ ਸਾਫ਼ ਕਰਕੇ ਫੇਰ ਹੀ ਇਸ ਨੁਸਖੇ ਨੂੰ ਬਣਾਉਣਾ ਚਾਹੀਦਾ ਸੋ ਇਹ ਵੇਖੋ ਹੁਣ ਜਦੋਂ ਆਪਾਂ ਇਹਨਾਂ ਨੂੰ ਕੱਢਣਾ ਹੈ 12 13 ਘੰਟੇ ਬਾਅਦ ਤੇ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨਿਚੋੜ ਲੈਣਾ ਤੇ ਹੁਣ ਇਸ ਦੇ ਤੁਹਾਨੂੰ ਫਾਇਦੇ ਦੱਸਣੇ ਹੈਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਨਿਚੋੜਨਾ ਹੈ ਬੀਜ ਵਿੱਚ ਆਪਾਂ ਨਹੀਂ ਰੱਖਣੇ ਸਿਰਫ ਰਸ ਕੱਢਣਾ ਹੈ ਦਾ ਨਿਚੋੜ ਕੇ ਸਾਰੀਆਂ ਭਿੰਡੀਆਂ ਦਾ ਤੇ ਇਹਦਾ ਜਿਹੜਾ ਫਾਇਦਾ ਹੈ ਉਹ ਤੁਹਾਨੂੰ ਦੱਸਣੇ ਹੈਗੇ ਇਸ ਸਵੇਰੇ ਰੋਟੀ ਖਾਣ ਤੋਂ ਅੱਧਾ ਘੰਟਾ ਮਗਰੋਂ ਆਪਾਂ ਇਹ ਸਾਣੀ ਨੂੰ ਪੀਣਾ ਤੇ ਚੰਗੀ ਤਰ੍ਹਾਂ ਭਿੰਡਿਆਂ ਨੂੰ ਦੱਬ ਕੇ ਨਿਚੋੜ ਕੇ ਰਸ ਕੱਢਣਾ ਤੇ ਇਹ 3 ਦਿਨ ਪੀ ਕੇ ਚੌਥੇ ਦਿਨ ਜਿਨ੍ਹਾਂ ਨੂੰ 슈ਗਰ ਹੈ ਉਹ 슈ਗਰ ਚੈੱਕ ਕਰਾ ਲੈਣਾ ਇਸ ਨੁਸਕੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ 슈ਗਰ ਚੈੱਕ ਕਰਾ ਲੈਣਾ ਤੇ 3 ਦਿਨ ਇਸ ਤਰ੍ਹਾਂ ਪਾਣੀ ਪੀਣ ਤੋਂ ਬਾਅਦ ਚੌਥੇ ਦਿਨ ਜਦੋਂ ਟੈਸਟ ਕਰਾਉਣਗੇ ਤੇ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ 슈ਗਰ ਲੈਵਲ ਹੈ ਉਹ ਕਾਫੀ ਸਹੀ ਹੋਵੇਗਾ ਤੇ ਇੱਕ ਵਾਰੀ ਫੇਰ ਇਹਨੂੰ 4 ਦਿਨ ਇਸ ਨੁਸਖੇ ਨੂੰ ਵਰਤ ਕੇ 3-4 ਦਿਨ ਤੇ 7ਵੇਂ 8ਵੇਂ ਦਿਨ ਫੇਰ ਆਪਾਂ ਉਸ ਦਾ ਟੈਸਟ ਕਰਾਉਣਾ ਹੈ ਕਿਉਂਕਿ ਜਿਹੜੀਆਂ ਇਨਸਾਨ ਦੇ ਸਰੀਰ ਵਿੱਚ 216 ਹੱਡੀਆਂ ਹੁੰਦੀਆਂ ਨੇ ਤੇ ਜਿਹੜੀ ਉਹਨਾਂ ਦੇ ਵਿੱਚ ਖੁਸ਼ਕੀ ਆ ਜਾਂਦੀ ਹੈ ਤੇ ਇਹਨਾਂ ਦਾ ਇਹੋ ਜਿਹਾ ਜਿਹੜਾ ਇਹ ਰਸੇ ਲਬਾਬ ਇਹ ਰਸ ਜਿਹੜਾ ਕੰਮ ਕਰਦਾ ਹੈ ਹੱਡੀਆਂ ਵਿੱਚ ਸਰੀਰ ਵਿੱਚ ਜਾ ਕੇ ਤੇ ਖੁਸ਼ਕੀ ਘਟਾਉਂਦਾ ਹੈ ਤੇ ਤੁਸੀਂ ਖੁਦ ਹਰਾਨ ਰਹਿ ਜਾਓਗੇ ਜਿਹੜੀ ਸ਼ੂਗਰ ਹੈ ਉਹ 15 ਦਿਨਾਂ ਵਿੱਚ ਨਾਰਮਲ ਤੁਹਾਨੂੰ ਮਿਲੇਗੀ 280 ਤੱਕ ਦੀ ਸ਼ੂਗਰ ਜਿਹੜੀ ਉਸ ਨੂੰ ਵੀ ਸਹੀ ਕੀਤਾ ਜਾ ਸਕਦਾ ਹੈ ਤੇ ਇੱਕ ਅਰਬ ਦਾ ਫਾਰਮੂਲਾ ਹੈ ਤੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਜੋੜਾਂ 'ਚ ਦਰਦ ਹੁੰਦਾ ਰਹਿੰਦਾ ਹੈ ਗੋਡੇ ਦਰਦ ਹੁੰਦੇ ਨੇ ਮੋਢੇ ਜੋੜ ਆਕੜਾ ਜ ਆ ਜਾਂਦਾ ਹੈ ਪੀੜਾ ਹੁੰਦੀਆਂ ਰਹਿੰਦੀਆਂ ਨੇ ਤੇ ਉਹਨਾਂ ਵਾਸਤੇ ਵੀ ਇੱਕ ਇਸੇ ਤਰ੍ਹਾਂ ਹੀ ਇਸ ਨੂੰ ਪੀਣਾ ਤੇ ਬੜਾ ਕਮਾਲ ਦਾ ਅਨੁਸਕ ਹੈ ਤੇ ਅੱਗੇ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ